ਓਏ ਹੋਰ ਵੀ ਚੱਲ ਜਿੰਦੇ ਗੱਪ ਕੋ ਕੋਣਾ ਉਹ ਕਾਦੇ ਗੱਪ ਯਾਰ ਕੀ ਹੋ ਗਿਆ ਹੁਣ ਤਾਂ ਮੇਰੇ ਗੱਪਾਂ ਦਾ ਕੋਈ ਸੱਚ ਹੀ ਨਹੀਂ ਮੰਨਦਾ ਅੱਛਾ ਯਾਰ ਹੋਰ ਤੂੰ ਮੇਰਾ ਕੰਮ ਕਰ ਕੀ ਮੇਰੇ ਨਾਲ ਚੱਲ ਕਿੱਥੇ ਬਸ ਮੈਂ ਗੱਪ ਮਾਰਿਆ ਕਰੂੰ ਤੂੰ ਕੱਲਾ ਗੱਪ ਨੂੰ ਸੱਚ ਹੀ ਬਣਾਉਣਾ ਓਏ ਤੇ ਮੈਨੂੰ ਵੀ ਕਹਿ ਰਿਹਾ ਉਹ ਤੈਨੂੰ ਮੈਂ ਮੂੰਹ ਮੰਗੇ ਪੈਸੇ ਦੇਉਂ ਕਿੰਨੇ ਕ ਉਹ ਤੂੰ ਜਿੰਨੇ ਕਹੇਗਾ ਚੱਲ ਮੇਰੇ ਚੱਲੋ ਠੀਕ ਹੈ ਚੱਲ ਚੱਲ ਮੇਰੇ ਤਾਂ ਰੋਟੀ ਹਜਮ ਨਹੀਂ ਹੁੰਦੀ ਨੀਚੇ ਮੈਂ ਕੋਈ ਗੱਪ ਨਾ ਮਾਰਾਂ ਕਰਦੇ ਆ ਬਈ ਉਹ ਬੱਚੇ ਉਹਨਾਂ ਨੂੰ ਨਾ ਗੱਪ ਆਪਾਂ ਚੱਲ ਉਹ ਹੋਰ ਵੀ ਮੁੰਡੇ ਉਹ ਕਹਿ ਬਈ ਫਿਰ ਆਜੋ ਬਾਈ ਉਹ ਬਾਈ ਉਹ ਬਾਈ ਆ ਸਾਡੇ ਸਾਹ ਇੱਧਰ ਨੂੰ ਹੋਇਆ ਮਾੜਾ ਜਾ ਆ ਜਾ ਬਹਿ ਜਾ ਬਹਿ ਜਾ ਹਾਂ ਬਹਿ ਜਾ ਸਾਹ ਇੱਧਰ ਹੋਇਆ ਕਿਉਂ ਸੁਣੀ ਗੱਪ ਫਿਰ ਇਹਨਾਂ ਦੀ ਸੁਣ ਲੈਨੇ ਹੋਰ ਬਈ ਸੁਣਾ ਕੀ ਗੱਲ ਲੈ ਸੌ ਫਿਰ ਕੇ ਰਾਮ ਮੈਂ ਜੰਗਲ 'ਚ ਗਿਆ ਸ਼ਿਕਾਰ ਕਰਨ ਵਾਸਤੇ ਉੱਥੇ ਇੱਕ ਹਿਰਨ ਫਿਰੇ ਮੈਂ ਦੂਰ ਗੋਲੀ ਚਲਾਈ ਉਹਦੇ ਪੈਰ 'ਚ ਵੱਜ ਕੇ ਸਿਰ 'ਚ ਵੱਜੀ ਨਾ ਬਾਈ ਇਹ ਕਿਵੇਂ ਹੋ ਸਕਦਾ ਇਹ ਤਾਂ ਗੱਪ ਹੈ ਕਿੱਥੇ ਪੈਰ ਤੇ ਕਿੱਥੇ ਸਿਰ ਉਹ ਬਾਈ ਤੁਹਾਨੂੰ ਮੈਂ ਦੱਸਦਾ ਜਿਹਦੇ ਨੇ ਗੋਲੀ ਮਾਰੀ ਸੀ ਨਾ ਉਹਦੇ ਹਿਰਨ ਆਦੇ ਪੈਰ ਨਾਲ ਸਿਰ 'ਤੇ ਖੁਰ ਕਰੀ ਜਾਂਦਾ ਸੀਗਾ ਠੀਕ ਹੈ ਉਹ ਮੇਰੀ ਇੱਕ ਗੱਲ ਹੋਰ ਸੁਣੋ ਹੱਡ ਦਿੱਤੀ ਇੱਕ ਵਾਰੀ ਅਸਮਾਨ ਦੇ ਵਿੱਚ ਵੱਡਾ ਸਾਰਾ ਮੋਗਾ ਹੋ ਗਿਆ ਉਹਦੇ ਵਿੱਚ ਪਾਣੀ ਦਰਲ 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 ਡਿੱਗੇ ਅਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਆ ਗਏ ਮੇਰੇ ਕੋਲ ਕਹਿੰਦੇ ਬਾਈ ਇੱਕ ਤੂੰ ਹੀ ਸਿਆਣਾ ਬੰਦਾ ਹੈ ਜਿਹੜਾ ਸਾਨੂੰ ਬਚਾ ਸਕਦਾ ਉਹ ਫਿਰ ਮੈਂ ਵੀ ਇੱਕ ਦਿਮਾਗ ਲੜਾਇਆ ਆਪਦਾ ਵੱਡੀ ਸਾਰੀ ਤੋਪ ਲੈ ਕੇ ਤੋਪ 'ਚ ਭਰ ਕੇ ਮਿੱਟੀ ਅਤੇ ਚਲਾ ਤੀ ਮੋਗੇ ਬੰਨੀ ਮੋਗਾ ਹੋ ਗਿਆ ਬੰਦ ਨਾ ਬਾਈ ਇਹ ਸਾਫ ਹੀ ਗੱਪ ਹੈ ਯਾਰ ਐਡਾ ਵੱਡਾ ਗੱਪ ਬਾਈ ਯਾਰ ਯਾਰ ਇਹ ਤਾਂ ਹੋ ਹੀ ਨਹੀਂ ਸਕਦਾ ਯਾਰ ਗੱਪ ਯਾਰ ਉਹ ਭਰਾਵਾ ਮੈਨੂੰ ਕਰ ਦੇ ਮਾਫ ਤੇਰੇ ਮੈਂ ਗੱਪ ਨੂੰ ਸੱਚ ਬਣਾ ਸਕਦਾ ਪਰ ਰੱਬ ਨੂੰ ਟਾਕੇ ਐਂ ਲਾ ਸਕਦਾ।